पोजिशन हासिल करने वाली विद्यार्थियों हलका विधायक उन्हां दी पत्नी ने किया सन्मानित। स्थानक सरकारी कन्या सीनियर सैकेंडरी स्मार्ट स्कूल विखे पोजिशन हासिल करने वाली विद्यार्थियों हलका MLA गुरप्रीत सिंह वणावाली उन्हां दी धर्म पत्नी इंद्रजीत कौर वालों सन्मानित किया गया। इस संबंधी जानकारी दिंदिया स्कूल के प्रिंसीपल हरिंदर सिंह भुल्लर ने कहा कि आशु राणी ने प्लस टू नान मैडिकल विचों 98.2% नंबर लैके जिले विचों पहली पोजिशन अते पंजाब मैरिट विचों 7वां स्थान हासिल ਕੀਤਾ ਹੈ ਅਤੇ ਆਪਣੇ ਇਲਾਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਇਸ ਤੋਂ ਇਲਾਵਾ ਸਕੂਲ ਦੀਆਂ ਹੋਰ ਵਿਦਿਆਰਥਣਾਂ ਨੇ ਵੀ ਵਧੀਆ ਪੋਜੀਸ਼ਨਾਂ ਹਾਸਲ ਕੀਤੀਆਂ ਹਨ। ਜਿਹੜੇ ਬੱਚੇ ਆਉਣ ਵਾਲਾ ਭਵਿੱਖ ਆ ਅਤੇ ਸਰਕਾਰੀ ਸਕੂਲ ਦੇ ਬੱਚਿਆਂ ਨੇ, ਖਾਸ ਕਰਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਦੀਆਂ ਬੱਚਿਆਂ ਨੇ ਜੋ ਪ੍ਰਾਪਤੀਆਂ ਕੀਤੀਆਂ ਨੇ, ਅਸੀਂ ਅੱਜ ਉਹਨਾਂ ਨੂੰ ਸਨਮਾਨਿਤ ਕੀਤਾ ਤਾਂ ਕਿ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੱਚੇ ਅੱਗੇ ਹੋਰ ਕੰਪੀਟੀਸ਼ਨਾਂ 'ਚ ਭਾਗ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਰਦੂਲਗੜ੍ਹ ਦਾ, ਜ਼ਿਲ੍ਹੇ ਮਾਨਸਾ ਦਾ ਨਾਮ ਚਮਕਾਉਣ ਅਤੇ ਨਾਲ ਹੀ ਉਹਨਾਂ ਦੇ ਜਿਹੜੇ ਪੇਰੈਂਟਸ ਆਏ ਆ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਤਾਂ ਕਿ ਹੋਰਾਂ ਨੂੰ ਵੀ ਸਿੱਖਿਆ ਮਿਲੇ ਕਿ ਜੋ ਮਿਹਨਤ ਕਰਦੇ ਆ ਸਮਾਜ ਵੀ ਮਾਨਤਾ ਦਿੰਦਾ ਅਤੇ ਲੋਕ ਵੀ ਉਹਨਾਂ ਨਾਲ ਉੱਤੇ ਮਾਣ ਮਹਿਸੂਸ ਕਰਦੇ। ਇਸ ਕਰਕੇ ਮੈਨੂੰ ਖੁਸ਼ੀ ਹੈ ਕਿ ਅੱਜ ਮੈਂ ਉਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ। ਦੇਖੋ, ਹਰੇਕ ਸਕੂਲ ਦੇ ਵਿੱਚ ਜਾਂਦੇ ਹਾਂ ਬਹੁਤ ਵੱਡੀਆਂ ਸਮੱਸਿਆਵਾਂ ਨੇ, ਖਾਸ ਕਰਕੇ ਸਰਕਾਰੀ ਸਕੂਲਾਂ ਦੇ ਵਿੱਚ। ਜਿਵੇਂ ਇਸ ਸਕੂਲ ਦੀ ਸਮੱਸਿਆ ਕਿ ਇੱਥੇ ਨੀਵਾਂ ਹੋਣ ਕਰਕੇ ਪਾਣੀ ਖੜਦਾ, ਕੋਈ ਸੀਵਰ ਦੀ ਸਮੱਸਿਆ, ਪੀਣ ਵਾਲੇ ਪਾਣੀ ਦੀ ਸਮੱਸਿਆ ਗੀ, ਜੋ ਤਾਂ ਅਸੀਂ ਮੌਕੇ 'ਤੇ ਹੱਲ ਹੋ ਸਕਦੇ ਹਾਂ। ਸੰਬੰਧਿਤ ਅਧਿਕਾਰੀ ਸਾਹਿਬਾਨਾਂ ਨੂੰ ਕਹਿਤਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਫੰਡ ਚਾਹੀਦੇ ਨੇ ਉਹਨਾਂ ਨੂੰ ਫੰਡ ਰੇਜ ਕਰਕੇ ਅਸੀਂ ਹਰ ਇੱਕ ਸਕੂਲ ਦੇ ਉੱਤੇ ਲੱਗੇ ਹਾਂ। ਤਾਂ ਐਤਕੀ ਤੁਸੀਂ ਆਪ ਵੇਖੋਗੇ ਕਿ ਸਿੱਖਿਆ ਦੇ ਉੱਤੇ ਬਜਟ ਦੇ ਵਿੱਚ ਵਾਧਾ ਕੀਤਾ ਗਿਆ, ਟੈਕਨੀਕਲ ਸਿੱਖਿਆ 'ਚ, ਮੈਡੀਕਲ ਸਿੱਖਿਆ ਦੇ ਉੱਤੇ। ਸਰਕਾਰ ਦਾ ਸਿੱਖਿਆ ਅਤੇ ਸਿਹਤ ਹੀ ਫੋਕਸ ਆ, ਅਤੇ ਅਸੀਂ ਸਰਕਾਰੀ ਸਕੂਲਾਂ 'ਚ ਜੋ ਵੀ ਸਮੱਸਿਆਵਾਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਾਂਗੇ। ਇੱਕ ਟੀਚਰਾਂ ਦੀ ਕੁਝ ਕਮੀ ਸੀਗੀ ਜੀ, ਟੀਚਰ ਵੀ ਪੂਰੇ ਨਹੀਂ ਹੈਗੇ ਸਕੂਲਾਂ ਦੇ ਵਿੱਚ, ਉਹਦੇ ਬਾਰੇ ਕੀ ਕਰੋ? ਹਾਂ ਬਿਲਕੁਲ, ਖਾਸ ਕਰਕੇ ਜਿਹੜੇ ਸਕੂਲਾਂ ਦੇ ਵਿੱਚ ਲੈਕਚਰਾਰ ਦੀ ਬਹੁਤ ਵੱਡੀ ਕਮੀ ਹੈਗੀ, ਜਾਂ ਮੈਥ ਦੇ, ਸਾਇੰਸ ਦੇ ਟੀਚਰ ਦੀ, ਜਾਂ ਇੰਗਲਿਸ਼ ਦੇ ਟੀਚਰ ਦੀ ਕਮੀ ਹੈਗੀ, ਤਾਂ ਜਿੰਨੀਆਂ ਵੀ ਉਹ ਕਮੀਆਂ ਨੇ ਅਸੀਂ ਨਵੀਂ ਭਰਤੀ ਵੀ ਕਰ ਰਹੇ ਹਾਂ ਅਤੇ ਜਲਦੀ ਹੀ ਸਾਰੀਆਂ ਪੋਸਟਾਂ ਭਰੀਆਂ ਜਾਣਗੀਆਂ। ਸਰਦੂਲਗੜ੍ਹ ਇਸ ਸਕੂਲ ਦੀਆਂ DD ਪਾਵਰ ਜੀ ਮੇਰੇ ਕੋਲ ਨੇ। ਮੈਨੂੰ ਸਾਰਾ ਖੁਸ਼ੀ ਹੈ ਕਿ ਇਹ ਸਕੂਲ ਜਿਹੜਾ ਬਹੁਤ ਵਧੀਆ ਅਤੇ ਇਲਾਕੇ ਦਾ ਇੱਕ ਨਾਮਵਰ ਸਕੂਲ ਹੈ। ਇਸ ਸਕੂਲ ਦੇ ਵਿੱਚ ਬੜਾ ਜਿਹੜਾ ਸਟਾਫ ਹੈ ਮਿਹਨਤੀ ਅਤੇ ਯੋਗ ਹੈ। ਇਹਨਾਂ ਦੀ ਬਦੌਲਤ ਹੀ ਇਸ ਸਕੂਲ ਦੇ ਵਿੱਚ ਆਏ ਸਾਲ ਜਿੱਥੇ ਅਕਾਦਮਿਕ ਖੇਤਰ ਦੇ ਵਿੱਚ ਪ੍ਰਾਪਤੀਆਂ ਹੁੰਦੀਆਂ ਨੇ, ਬੱਚੇ ਬਹੁਤ ਵਧੀਆ ਹਾਈ ਮੈਰਿਟ ਦੇ ਵਿੱਚ ਆਉਂਦੇ ਨੇ, ਫਸਟ ਸੈਕਿੰਡ ਆਉਂਦੇ ਨੇ ਲਗਭਗ ਜ਼ਿਲ੍ਹੇ ਦੇ ਵਿੱਚੋਂ ਜਾਂ ਤਹਿਸੀਲ ਦੇ ਵਿੱਚੋਂ। ਉੱਥੇ ਹੋਰ ਵੀ ਵੱਖੋ ਵੱਖਰੀ ਐਕਟੀਵਿਟੀ ਦੇ, ਖੇਡਾਂ ਦੇ ਖੇਤਰ 'ਚ, ਸਪੋਰਟਸ ਦੇ ਖੇਤਰ 'ਚ, NSS ਸਕਾਊਟ ਐਂਡ ਗਾਈਡ ਆਦਿ ਖੇਤਰਾਂ 'ਚ ਵੱਖੋ ਵੱਖਰੀਆਂ ਪ੍ਰਾਪਤੀਆਂ ਕਰਦੇ ਨੇ। ਅਤੇ ਅੱਜ ਸਾਨੂੰ ਹੋਰ ਵੀ ਖੁਸ਼ੀ ਹੋਈ ਹੈ ਕਿ ਇਸ ਸਕੂਲ ਦੀ ਜਿਹੜੀ ਅਰਸ਼ੂ ਰਾਣੀ ਹੈ, ਜਿਹੜੀ ਕਿ ਪਿੰਡ ਝਨੀਰ ਦੀ ਵਾਸੀ ਹੈ, ਇੱਕ ਆਮ ਸਧਾਰਨ ਪਰਿਵਾਰ ਦੀ ਇੱਕ ਦੁਕਾਨਦਾਰ ਦੀ ਬੇਟੀ ਹੈ, ਕੋਈ ਡਾਕਟਰ, ਇੰਜੀਨੀਅਰ ਜਾਂ ਕਿਸੇ ਪ੍ਰੋਫੈਸਰ ਦੀ ਲੜਕੀ ਨਹੀਂ। ਉਸ ਲੜਕੀ ਨੇ ਆਪਣੀ ਮਿਹਨਤ ਦੀ ਬਦੌਲਤ ਇਸ ਜ਼ਿਲ੍ਹੇ ਦੇ ਵਿੱਚੋਂ ਸਾਇੰਸ ਗਰੁੱਪ ਦੇ ਵਿੱਚ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ ਹੈ, ਅਤੇ ਨਾਲ ਦੀ ਨਾਲ ਉਸਨੇ ਸਟੇਟ ਦੇ ਵਿੱਚੋਂ 7ਵੀਂ ਪੁਜੀਸ਼ਨ ਪ੍ਰਾਪਤ ਕੀਤੀ, ਯਾਨੀ ਮੈਰਿਟ ਦੇ ਵਿੱਚ 7ਵੀਂ ਪੁਜੀਸ਼ਨ ਦੇ ਵਿੱਚ ਆਈ ਹੈ। ਸੋ ਸਾਡੇ ਵਾਸਤੇ ਬੜਾ ਮੋਟੀਵੇਸ਼ਨ ਇਹ ਸਟੈਪ ਹੈਗਾ, ਇਸ ਲੜਕੀ ਦੇ ਫਸਟ ਆਉਣ ਦੇ ਨਾਲ ਸਾਡਾ ਜਿਹੜਾ ਸਕੂਲ ਦਾ ਨਾਮ ਜਿਹੜਾ ਉੱਚਾ ਹੋਇਆ। ਇੱਥੇ ਹੀ ਬਸ ਨਹੀਂ, ਲਗਭਗ ਜਿਹੜੇ ਹੋਰ ਬੱਚੇ ਨੇ, ਇਹ ਲੜਕੀ ਦੇ 98.2% ਜਿਹੜੇ ਮਾਰਕਸ ਨੇ, ਜਿਹੜੀਆਂ ਸੈਕਿੰਡ ਜਾਂ ਥਰਡ ਆਉਣ ਵਾਲੀਆਂ ਲੜਕੀਆਂ ਨੇ, ਉਹਨਾਂ ਦੇ ਵੀ 96% 95% ਨੰਬਰ ਆਏ ਨੇ। ਜਿਸ ਤਰੀਕੇ ਨਾਲ ਆਰਟਸ ਗਰੁੱਪ ਦੇ ਵਿੱਚ ਵੀ ਸਾਡੇ ਕੋਲ 97% ਨੰਬਰ ਵਾਲੀ ਲੜਕੀ ਫਸਟ ਆਈ ਹੈ, ਕਮਰਸ ਦੇ ਵੀ ਸਾਡੇ ਕੋਲ 92% ਵਾਲੀ ਲੜਕੀ ਫਸਟ ਆਈ ਹੈ। ਇਸੇ ਤਰੀਕੇ ਨਾਲ ਸਾਡੇ ਕੋਲ ਹੋਰ ਜਿਹੜੇ ਵੱਖੋ ਵੱਖਰੇ ਸਟੀਮਾਂ ਨੇ, ਉਹਨਾਂ 'ਚੋਂ ਵਧੀਆ ਨੰਬਰ ਜਿਹੜੇ ਪੁਜੀਸ਼ਨ ਹੈ। ਇਸ ਤਰੀਕੇ ਨਾਲ 94.something, ਯਾਨੀ ਲਗਭਗ 95% ਨੰਬਰ ਜਿਹੜੇ ਫਸਟ ਆਉਣ ਵਾਲੀ ਲੜਕੀ ਦੇ ਮੈਟ੍ਰਿਕ ਵਾਲੀ ਦੇ। ਅਤੇ ਸਾਡੇ ਸਮੁੱਚੇ ਸਟਾਫ ਅਤੇ ਬੜੇ ਮਾਣ ਦੀ ਗੱਲ ਸੀ ਇਹ, ਪਰ ਸਾਨੂੰ ਇਹ ਲੱਗਦਾ ਸੀ ਕਿ ਬੱਚਿਆਂ ਨੂੰ ਪੁਜੀਸ਼ਨਾਂ ਪ੍ਰਾਪਤ ਕਰਨ ਤੋਂ ਬਾਅਦ, ਕੋਈ ਪ੍ਰਾਪਤੀ ਕਰਨ ਤੋਂ ਬਾਅਦ, ਜਿੰਨਾ ਚਿਰ ਕੋਈ ਨੰਬਰ ਸ਼ਖਸੀਅਤ ਸਨਮਾਨਿਤ ਨਹੀਂ ਕਰਦੀ, ਉਹ ਬੱਚਿਆਂ ਦਾ ਜਿਹੜਾ ਮਾਣ ਸਤਿਕਾਰ ਨਹੀਂ ਹੁੰਦਾ। ਸੋ ਅਸੀਂ ਮਾਣਯੋਗ MLA ਸਾਹਿਬ ਹਲਕਾ ਸਰਦੂਲਗੜ੍ਹ ਸਰਦਾਰ ਗੁਰਪ੍ਰੀਤ ਸਿੰਘ ਜੀ ਬਣਾਵਾਲੀ ਸਾਹਿਬ ਨੂੰ ਬੇਨਤੀ ਕੀਤੀ ਸੀਗੀ, ਉਹਨਾਂ ਨੇ ਸਾਡੀ ਬੇਨਤੀ ਸਵੀਕਾਰ ਕੀਤੀ ਹੈ। ਅੱਜ ਉਹ ਸਾਡੇ ਇਸ ਸਕੂਲ ਦੇ ਵਿੱਚ ਆ ਕੇ ਨਾਮ ਵੰਡ ਸਮਾਰੋਹ ਦੇ ਵਿੱਚ ਬਤੌਰ ਪ੍ਰਧਾਨ ਸ਼ਾਮਲ ਹੋਏ ਨੇ। ਸਾਡੇ ਵਿਚਕਾਰ ਮਾਣਯੋਗ DO ਸਾਹਿਬ ਨੇ ਪਹੁੰਚਣਾ ਸੀ, ਮਾਣਯੋਗ SDM ਮੈਡਮ ਨੇ ਪਹੁੰਚਣਾ ਸੀ, ਪਰੰਤੂ ਕਿਸੇ ਮਜਬੂਰੀ ਬਸ ਮੈਡਮ SDM ਪੂਨਮ ਬੰਸਲ ਜੀ PCS ਉਹ ਕਿਸੇ ਜ਼ਰੂਰੀ ਪਰਿਵਾਰਕ ਰੁਝੇਵੇਂ ਕਾਰਨ ਅੱਜ ਇੱਥੇ ਨਹੀਂ ਪਹੁੰਚ ਸਕੇ, ਆਊਟ ਆਫ ਸਟੇਸ਼ਨ ਸੀਗੇ। ਇਸੇ ਤਰੀਕੇ ਦੇ ਨਾਲ ਸਾਡੇ ਮਾਣਯੋਗ DO ਸਾਹਿਬ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਸੀ, ਉਹ ਵੀ ਨਹੀਂ ਪਹੁੰਚ ਸਕੇ, ਪਰੰਤੂ ਸਾਨੂੰ ਹੋਰ ਵੀ ਖੁਸ਼ੀ ਮਿਲਦੀ ਜੀ, ਅਧਿਕਾਰੀ ਜਨ ਹੋਰ ਵੀ ਸਾਡੇ ਵਿਚਕਾਰ ਸ਼ਾਮਿਲ ਹੁੰਦੇ, ਪਰੰਤੂ ਸਾਡੇ ਕੋਲ ਹੋਰ ਵੀ ਜਿੰਨੇ ਵੀ ਸਾਡੇ ਇਲਾਕੇ ਦੇ ਨੰਬਰ ਆਫਿਸਰ ਸਾਹਿਬਾਨ ਸੀ, ਅਧਿਕਾਰੀ ਸੀਗੇ, ਉਹ ਮਾਣਯੋਗ MLA ਸਾਹਿਬ ਦੇ ਨਾਲ ਸ਼ਾਮਿਲ ਹੋਏ ਸੀਗੇ। ਸਾਡੀਆਂ ਬੱਚੀਆਂ ਨੂੰ, ਸਾਡੇ ਲੜਕਿਆਂ ਨੂੰ ਉਹਨਾਂ ਨੇ ਮਾਣ ਸਤਿਕਾਰ ਦਿੱਤਾ ਹੈ, ਸਾਨੂੰ ਸਾਰਾ ਖੁਸ਼ੀ ਹੋਈ ਹੈ। ਸੋ ਮੈਂ ਜਿੱਥੇ ਸਮੁੱਚੇ ਸਟਾਫ ਨੂੰ ਮੁਬਾਰਕਬਾਦ ਦਿੰਦਾ ਇਸ ਪ੍ਰਾਪਤੀ 'ਤੇ, ਉੱਥੇ ਸਾਰੇ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ, ਨਾਲ ਹੀ ਇਲਾਕੇ ਨੂੰ ਇਸ
प्राप्ति के उपर सन्मानित करके साडे मानयोग एम एल ए साहब ने बड़ा वड्डा मान महसूस किया क्योंकि साडे ये जिहड़े बच्चे ने जिहड़े सन्मानित होए ने इन्हां दे पेरेंट्स भी शामिल होए सी। तो जिते साडे सरकारी स्कूलों वास्ते बड़े माण दी गल है कि प्राइवेट स्कूलों दे नालों परसेंटेज ही वध है साडे नामवर बच्चे ने जिहड़े इस इलाके दे विच पैदा होए ने। सो एक बार फिर मैं मुबारकबाद दिंदा बच्चे नूं ते स्टाफ नूं ते माणयोग एम एल ए साहब का मैं धन्यवाद करदा जिन्हां ने अपने बड़े ही जरूरी जिम्मे विच लगभग 3-4 घंटे जिहड़े स्कूल दे विच बिताए ने ते कल्ले कल्ले टीचर दी कल्ले कल्ले बच्चे की प्रॉब्लम सुनी है कल्ले कल्ले बच्चे ने फोटो कराए गए हैं बच्चे फोटो करा के अथाह खुशी महसूस कर उन्हें यह लगता है कि कदे एम एल ए साहब ने असं फोटो भी करा सकते हैं कदे इस तरीके ने गल भी खुल के कर सकते हैं। अज एम एल ए साहब ने कल्ले कल्ले बच्चे की भी गल सुनी है साड़ियाँ स्कूल जिते समस्यावान सुनिया ने पानी की समस्या सीवरेज की समस्या कमर की समस्या लैब की समस्या बहुत सारिया समस्या अभी छोटिया छोटिया भी समस्या स्टाफ की घाट की भी समस्या सी वो सारिया गलों बड़ा मन्यूटली उन्होंने सुनिया तो यह कहा कि जल्दी ही जो सारिया मंगा ने पूरी करके इस इलाके का एक नंबर स्कूल है जो मैं बनावा। हाँ जी असी अज 25/7/2022 सरकारी सीनियर सैकेंडरी स्मार्ट स्कूल सरदूलगढ़ विखे इस हल्के सरदूलगढ़ के एम एल ए साहब श्री गुरप्रीत सिंह बनावाली जी नूं बुलाया गया बच्चों का इनाम वंड समारोह करवाया गया जिस विच 6वीं तो लैके 12वीं जमात के विद्यार्थियों ने जड़े पोजिशनां स्कूल विचों हासिल कीतियां सन उन्हां नूं उन्हां कोलों इनाम दवाए गए। साढ़े स्कूल की लड़की प्लस टू नॉन मैडिकल अर्शु राणी श्री प्रेमचंद डॉटर ऑफ श्री प्रेमचंद जिसने कि जिले विचों पहला स्थान ते पंजाब विचों 7वां स्थान हासिल किया। हाँ जी एम एल ए साहब नूं असीं मंगा मतलब जिहड़े स्कूल साढ़े स्कूल विच सारियां कमियां पेशियां सी उन्हां बारे उन्हां नूं जाणू करवाया गया। साढ़े स्कूल दे विच मतलब कि जिहड़ा सीगा सीवरेज सिस्टम सीगा वो थोड़ा जिहा खराब सी ग्राउंड कच्चा होण करके इंटरलॉक टाइलों बारे कहा गया पीण दे पानी वास्ते कहा गया जो भी साढ़े स्कूल दीआं कमियां पेशियां सी उन्होंने साड़ियाँ जिहड़ियां मंगां सी उन्हां दे अगे रखियां सी मंगां तो जाणू करवाया गया सी उन्होंने सानू पूरा भरोसा दिता कि जल्द तो जल्द तुहाड़ियां सारियां मंगां पूरियां कीतियां जाणगियां। हाँ साढ़े मतलब स्कूल प्लस टू दे तिन्ने स्ट्रीम चलते हैं आर्ट्स ग्रुप है मैडिकल ग्रुप है और कमर्स ग्रुप है उन्हां दे विच टीचर लैक्चरार दी साडे कोल कमी है। वैसे भी साढ़े कोल जिहड़ियां हैगियां पूरियां प्रॉपर पोस्टां नहीं है बच्चों की गिनती के अनुसार साढ़े स्कूल च पोस्टां की कमी है। बच्चों साडा यही संदेश है कि वध चढ़ के मेहनत करो जिवें जिवें बच्चों ने जिहड़ियां पोजिशनां हासिल कीतियां उस तो होर भी अगां वधण की कोशिश करो क्योंकि अज के बच्चे भविख दे विच नेता हन मतलब कि लैसन देवांगे कि आपदे आप नूं पूरी तरह मतलब कि पढ़ो तो आपका सारा जिहड़ा प्रॉपर ध्यान है पढ़ाई वल ते खेडां वल दिओ अते मोबाइल वगैरह की वरतों घट करो। पंजाब दीआं वड्डीआं ते ताज़ा खबरां देखण दे लई साडे फेसबुक पेज अज दी आवाज़ नूं फॉलो करो अते अपने दोस्तां दे नाल सांझा करो। इस दे नाल ही यूट्यूब दे उत्ते साडे चैनल अज दी आवाज़ नूं सबसक्राइब करो लेटैसट ब्रेकिंग खबरां दे लई साडे नाल जुड़ो। इंस्टाग्राम दे उत्ते खबरां दी जानकारी दे लई सानूं फॉलो करो। देश विदेश दीआं वड्डीआं खबरां हुण सिर्फ अज दी आवाज़ दे उत्ते। अज दी आवाज़ दे अखबार दा ई पेपर एडिशन पढ़न दे लई साडी वैबसाइट दे उत्ते विजिट करो। पंजाब दा भरोसेमंद अखबार रोजाना अज दी आवाज़।